ਅਸਲਾਮ ਵਾਲੇਕਮ ਵੀਰੋ, ਮੈਂ ਤੁਹਾਡਾ ਵੀਰ ਜ਼ਹੀਰ ਜੱਟ। ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਕੋਲ ਪੈਸੇ ਕਿੰਨੇ ਨੇ, ਤੁਸੀਂ ਸੋਹਣੇ ਕਿੰਨੇ ਜੇ, ਨਾ ਹੀ ਇਸ ਗੱਲ ਤੋਂ ਕਿਸੇ ਨੂੰ ਫਰਕ ਪੈਂਦਾ ਕਿ ਤੁਹਾਡੇ ਕੋਲ ਗੱਡੀ ਕਿੱਡੀ ਵੱਡੀ ਹੈ, ਤੁਸੀਂ ਸੂਟ ਕਿੱਡਾ ਮਹਿੰਗਾ ਪਾਇਆ ਹੈ, ਤੁਸੀਂ ਜੁੱਤੀ ਕਿੱਡੀ ਮਹਿੰਗੀ ਪਾਈ ਹੈ, ਤੁਹਾਡਾ ਘਰ ਕਿੱਡਾ ਵੱਡਾ ਹੈ। ਬਲਕਿ ਇਸ ਗੱਲ ਦਾ ਫਰਕ ਪੈਂਦਾ ਕਿ ਤੁਸੀਂ ਬਾ ਅਖਲਾਕ ਕਿੰਨੇ ਜੇ, ਤੁਹਾਡੀ ਜ਼ਬਾਨ ਦੂਸਰਿਆਂ ਨੂੰ ਬੋਲਣ ਲੱਗ ਮਿੱਠੀ ਕਿੰਨੀ ਹੈ। ਅਤੇ ਇਸ ਕਰਕੇ ਜਿਹੜਾ ਹੈ ਨਾ, ਤੁਸੀਂ ਦੂਜਿਆਂ ਨਾਲ ਪਿਆਰ ਵੰਡਿਆ ਕਰੋ। ਤੁਹਾਡੇ ਦਿਲ 'ਚ ਮੁਹੱਬਤ ਹੋਣੀ ਚਾਹੀਦੀ ਹੈ ਆਪਦੇ ਤੋਂ ਵੱਡਿਆਂ ਨਾਲ, ਆਪਦੇ ਤੋਂ ਛੋਟਿਆਂ ਨਾਲ, ਖਾਸ ਤੌਰ 'ਤੇ ਆਪਦਿਆਂ ਤੋਂ ਮਾੜਿਆਂ ਦੇ ਨਾਲ, ਤਾਂ ਕਿ ਲੋਕ ਤੁਹਾਡੀ ਇੱਜ਼ਤ ਕਰਨ, ਲੋਕ ਤੁਹਾਡੀ ਕਦਰ ਕਰਨ। ਇਸ ਗੱਲ ਤੋਂ ਤੁਹਾਡੀ ਕਦਰ ਨਹੀਂ ਕਰਦੇ ਕਿ ਤੁਹਾਡੇ ਕੋਲ ਪੈਸਾ ਕਿੰਨਾ। ਅਤੇ ਜੇ ਤੁਹਾਡੀ ਜ਼ਬਾਨ ਹੀ ਨਹੀਂ ਠੀਕ, ਤੁਹਾਡੀ ਬੋਲਣੀ ਦੂਜਿਆਂ ਨਾਲ ਆਪਦੇ ਤੋਂ ਮਾੜੇ ਨਾਲ, ਆਪਦੇ ਤੋਂ ਛੋਟੇ ਨਾਲ, ਤੁਹਾਡੀ ਬੋਲਣੀ ਨਹੀਂ ਠੀਕ ਆਪਦੇ ਤੋਂ ਬਜ਼ੁਰਗਾਂ ਵੱਡਿਆਂ ਨਾਲ, ਤਾਂ ਫਿਰ ਉਸ ਪੈਸੇ ਦਾ ਜਾਂ ਉਸ ਜਿਹੜਾ ਤੁਸੀਂ ਮਹਿੰਗਾ ਸੂਟ ਪਾਇਆ ਜਾਂ ਤੁਹਾਡੀ ਉਸ ਸੋਹਣੀ ਸ਼ਕਲ ਦਾ ਕੀ ਫਾਇਦਾ? ਕਿਉਂਕਿ ਫਿਰ ਉਹ ਦੂਸਰੇ ਲੋਕਾਂ ਦੇ ਵਿੱਚ, ਦਿਲ ਦੇ ਵਿੱਚ ਤੁਹਾਡੀ ਕੋਈ ਕਦਰ ਨਹੀਂ। ਤੁਹਾਡੀ ਕਦਰ ਸਿਰਫ ਇਸੇ ਗੱਲ ਦੇ ਵਿੱਚ ਹੀ ਹੈ ਕਿ ਤੁਹਾਡਾ ਅਖਲਾਕ ਕਿੰਨਾ, ਤੁਹਾਡੀ ਬੋਲਣੀ ਕਿਸ ਤਰ੍ਹਾਂ ਦੀ ਹੈ। ਤੁਸੀਂ ਪਿਆਰ ਨਾਲ ਬੋਲੋ ਤਾਂ ਕਿ ਦੂਸਰੇ ਲੋਕ ਜਿਹੜੇ ਨਾ, ਉਹ ਵੀ ਤੁਹਾਨੂੰ ਅੱਗੋਂ ਪਿਆਰ ਨਾਲ ਬੁਲਾਉਣ, ਉਹਨਾਂ ਦੇ ਦਿਲ ਦੇ ਵਿੱਚ ਤੁਹਾਡੀ ਮੁਹੱਬਤ ਹੋਵੇ। ਅਗਰ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਹੈ, ਚੰਗਾ ਰੱਬ ਨੇ ਤੁਹਾਨੂੰ ਚੰਗੀ ਜੁੱਤੀ, ਚੰਗੇ ਕੱਪੜੇ, ਚੰਗਾ ਘਰ ਦਿੱਤਾ ਹੈ, ਠੀਕ ਹੈ, ਅਤੇ ਉਹਦਾ ਜਿਹੜਾ ਇਹ ਹੱਕ ਇਹ ਆ ਕਿ ਤੁਸੀਂ ਉਹ ਦੂਜੇ ਲੋਕਾਂ ਦੇ ਵਿੱਚ ਵੀ ਉਹਦਾ ਰੱਖੋ, ਤਾਂ ਕਿ ਲੋਕਾਂ ਨੂੰ ਜਿਹੜਾ ਤੁਸੀਂ ਇੱਜ਼ਤ ਨਾਲ ਬੁਲਾਓ, ਤਾਂ ਕਿ ਉਹ ਤੁਹਾਡੀ ਕਦਰ ਕਰਨ, ਉਹ ਫਿਰ ਤੁਹਾਡਾ ਫਾਇਦਾ ਹੁੰਦੀ ਦੌਲਤ ਦਾ। ਅਤੇ ਜੇ ਤੁਹਾਡੇ ਕੋਲ ਹੈ ਆ, ਤੁਹਾਡੀ ਬੋਲਣੀ ਠੀਕ, ਤਾਂ ਕਿਸੇ ਨੂੰ ਕੀ ਲੱਗੇ ਤੁਹਾਡੀ ਦੌਲਤ ਦੇ ਨਾਲ? ਉਹ ਹਜ਼ਰਤ ਅਲੀ ਤੋਂ ਕਿਸੇ ਨੇ ਪੁੱਛਿਆ ਨਾ ਕਿ ਬੰਦੇ ਦੇ ਜਿਸਮ ਦੇ ਵਿੱਚ ਸਭ ਤੋਂ ਚੰਗੀ ਸ਼ੈ ਕਿਹੜੀ ਹੈ, ਅਤੇ ਹਜ਼ਰਤ ਅਲੀ ਕਰਮੁੱਲਾ ਵਾਜ ਉਹਨਾਂ ਨੇ ਫਰਮਾਇਆ ਕਿ ਬੰਦੇ ਦੀ ਜ਼ਬਾਨ। ਅਤੇ ਫਿਰ ਉਸੇ ਬੰਦੇ ਪੁੱਛਿਆ ਕਿ ਸਭ ਤੋਂ ਭੈੜੀ ਚੀਜ਼ ਕਿਹੜੀ ਜਿਸਮ ਦੇ ਵਿੱਚ, ਅਤੇ ਆਪਨੇ ਫਰਮਾਇਆ, ਫਿਰ ਫਰਮਾਇਆ ਕਿ ਜ਼ਬਾਨ। ਜੇ ਤੁਹਾਡੀ ਜ਼ਬਾਨ ਚੰਗੀ ਹੈ ਤਾਂ ਤੁਸੀਂ ਕਿਸੇ ਦੇ ਵੀ ਦਿਲ 'ਚ ਘਰ ਬਣਾ ਸਕਦੇ ਜੇ, ਅਤੇ ਜੇ ਤੁਹਾਡੀ ਜ਼ਬਾਨ ਨਹੀਂ ਸਹੀ, ਤੁਹਾਡਾ ਬੋਲਣਾ ਨਹੀਂ ਠੀਕ, ਤਾਂ ਫਿਰ ਤੁਸੀਂ, ਤੁਹਾਡਾ ਕੋਈ ਫਾਇਦਾ ਨਹੀਂ ਹੈਗਾ। ਇਸ ਕਰਕੇ ਲੋਕਾਂ ਦੇ ਨਾਲ ਮੁਹੱਬਤ ਨਾਲ ਪੇਸ਼ ਆਓ, ਆਪਦੀ ਜ਼ਬਾਨ ਨੂੰ ਮਿੱਠਾ ਰੱਖੋ, ਤਾਂ ਕਿ ਲੋਕ ਤੁਹਾਡੀ ਕਦਰ ਕਰਨ। ਤੁਸੀਂ ਜਿਹੜੇ ਪਾਸੋਂ ਲੰਘੋ ਤਾਂ ਲੋਕ ਤੂੰ ਵੇਖਣ, ਯਾਰ ਉਹ ਬੰਦਾ ਗੁਜ਼ਰਿਆ। ਇਹ ਨਾ ਹੋਵੇ ਕਿ ਤੁਸੀਂ ਲੰਘੋ ਅਤੇ ਪਿੱਛੋਂ ਉਹ ਗਾਲਾਂ ਕੱਢਣ। ਅਤੇ ਜਿਹੜਾ ਨਾ, ਸਾਰਾ ਕੰਮ ਤੁਹਾਡੀ ਜ਼ਬਾਨ ਦਾ ਹੀ ਹੈ। ਨਾ ਤੁਹਾਡੇ ਪੈਸੇ ਕੰਮ ਆਉਣਾ, ਨਾ ਤੁਹਾਡੇ ਦੌਲਤ ਕੰਮ ਆਉਣਾ। ਜਦੋਂ ਬੰਦੇ ਨੇ ਚਲੇ ਜਾਣਾ, ਇਹ ਸਾਰੀਆਂ ਚੀਜ਼ਾਂ ਖਤਮ। ਉਹ ਤਾਂ ਵੰਡ ਲੈਣੀਆਂ ਨੇ, ਦੌਲਤ ਵੀ ਵੰਡੀ ਜਾਣੀ, ਤੁਹਾਡੀ ਜਾਇਦਾਦ ਵੀ ਵੰਡੀਆਂ ਜਾਣੀਆਂ ਨੇ, ਤੁਹਾਡੇ ਜੁੱਤੀ ਕੱਪੜੇ ਸਾਰੇ ਜਿੱਡੇ ਮਰਜ਼ੀ ਮੰਗਣੇ ਖਤਮ। ਅਗਰ ਜ਼ਿੰਦਾ ਰਹਿਣਾ, ਤੁਹਾਡੇ ਜਾਣ ਤੋਂ ਬਾਅਦ ਤੁਹਾਡਾ ਅਖਲਾਕ, ਤਾਂ ਕਿ ਲੋਕ ਯਾਦ ਕਰਨ, ਯਾਰ ਉਹ ਬੰਦਾ ਬੜਾ ਚੰਗਾ ਸੀ, ਉਹ ਬੰਦਾ ਬੜਾ ਚੰਗਾ ਸੀ। ਰਹਿ ਜਾਂਦੀਆਂ ਨੇ ਗੱਲਾਂ ਯਾਦ, ਠੀਕ ਹੈ, ਤੁਹਾਡਾ ਅਖਲਾਕ ਜਿਹੜਾ ਤੁਸੀਂ ਇੱਥੇ ਵਰਤ ਕੇ ਗਏ ਹੁੰਦੇ ਜੀ। ਅਤੇ ਜੇ ਤੁਸੀਂ ਵਰਤੋ ਹੀ ਭੈੜਾ, ਤਾਂ ਉਹ ਮਗਰੋਂ ਫਿਰ ਲੋਕਾਂ, ਹੁਣ ਲੋਕਾਂ ਫਿਰ ਬਖਤੋਈ ਕਰਨੀ ਹੈ, ਠੀਕ ਹੈ। ਅਤੇ ਬੰਦੇ ਨੂੰ ਇਸ ਤਰ੍ਹਾਂ ਦਾ ਅਖਲਾਕ, ਇਸ ਤਰ੍ਹਾਂ ਦਾ ਵਿਹਾਰ, ਇਸ ਤਰ੍ਹਾਂ ਦਾ ਬੋਲ ਬਲੀਆ ਜਿਹੜਾ ਨਾ ਆਲੇ ਦੁਆਲੇ, ਇਸ ਤਰ੍ਹਾਂ ਦਾ ਖਾਸ ਤੌਰ 'ਤੇ ਮਾੜੇ ਬੰਦਿਆਂ ਨਾਲ ਇਸ ਤਰ੍ਹਾਂ ਰੱਖਣਾ ਚਾਹੀਦਾ, ਤਾਂ ਕਿ ਤੁਹਾਨੂੰ ਜਿਹੜਾ ਨਾ ਅੱਛੇ ਲਫਜ਼ਾਂ ਨਾਲ ਯਾਦ ਕਰਨ ਤੁਹਾਡੇ ਵਾਸਤੇ। ਅਗਰ ਤੁਸੀਂ ਉਹਦਾ ਨਾਲ ਅੱਛਾ ਅਖਲਾਕ ਰੱਖਦੇ, ਅੱਛਾ ਬੋਲਚਾਲ ਉਹਨਾਂ ਨਾਲ ਰੱਖਦੇ ਜੀ, ਉਹ ਤੁਹਾਡੇ ਪਿੱਛੋਂ ਦੁਆਵਾਂ ਕਰਨ। ਇਹ ਨਾ ਹੋਵੇ ਕਿ ਆਖਣ ਵੀ ਇਹ ਯਾ ਵੀ ਮਾਲਕਾ ਇਹਨੂੰ ਜਿਹੜਾ ਨਾ, ਇਹ ਤਾਂ ਇਹਨੂੰ ਰੱਬ, ਤੁਸੀਂ ਰੱਬ ਨੇ ਕੀ ਦੇਖਦਾ, ਸਾਨੂੰ ਤੰਗ ਕੀਤਾ ਹੈ।
ਅਤੇ ਉਹ ਜੁੱਤੀ ਕੱਪੜੇ ਮੰਗੇ ਸੂਟ ਦਾ ਘਰ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਤੁਹਾਡਾ ਅਖਲਾਕ ਨਹੀਂ ਚੰਗਾ, ਤੁਹਾਡਾ ਜ਼ਬਾਨ 'ਚ ਮਿਠਾਸ ਨਹੀਂ। ਅਤੇ ਇਸ ਕਰਕੇ ਜਿਹੜਾ ਹੈ ਨਾ, ਬੰਦੇ ਨੂੰ ਇਸ ਤਰ੍ਹਾਂ ਦਾ ਰਵੱਈਆ ਰੱਖਣਾ ਚਾਹੀਦਾ ਕਿ ਬੰਦਾ ਜਿਹੜਾ ਹੈ ਨਾ, ਜਿੱਥੋਂ ਲੰਘੇ ਅਗਲੇ ਲੋਕ ਯਾਦ ਕਰਨ, ਅਤੇ ਖਾਸ ਤੌਰ 'ਤੇ ਤੁਹਾਡੇ ਜਾਣ ਤੋਂ ਬਾਅਦ, ਕਿਉਂਕਿ ਸਭ ਨੇ ਇੱਕ ਦਿਨ ਜਾਣਾ ਹੀ ਜਾਣਾ ਹੈ, ਇਹ ਜ਼ਿੰਦਗੀ ਮੁਕਤਸਰ, ਸਭ ਨੇ ਜਾਣਾ ਹੀ ਜਾਣਾ, ਅਤੇ ਜਾਣ ਤੋਂ ਬਾਅਦ ਤੁਹਾਨੂੰ ਯਾਦ ਰੱਖਣ।